ਔਰ ਜੀ ਅਗਲੇ ਪਾਰਟਿਸਪੈਂਟ ਨੇ ਸਾਡੇ ਪ੍ਰਾਚੀ ਤੈਨੂੰ ਰੱਬ ਲੈਣਾ ਆ ਹੋਰ ਗੱਲ ਕੋਈ ਨੀ ਮੇਰੇ ਕੋਲ ਬੈਠਦਾ ਵੇ ਪੱਲ ਕੋਈ ਨੀ ਤੈਨੂੰ ਰੱਬ ਲੈਣਾ ਆ ਹੋਰ ਗੱਲ ਕੋਈ ਨੀ ਮੇਰੇ ਕੋਲ ਬੈਠਦਾ ਵੇ ਪੱਲ ਕੋਈ ਨੀ ਤੈਨੂੰ ਬੱਕੀਆਂ ਪਕਾਈਆਂ ਰਾਸ ਨਹੀਂਓ ਆਉਂਦੀਆਂ ਵੇ ਜਾ ਕੇ ਉਹਨਾਂ ਕੋਲੋਂ ਪੁੱਛ ਜਿਹੜੇ ਫਿਰਦੇ ਕੁਆਰੇ ਸਾਰੇ ਪਿੰਡ ਦੀਆਂ ਵੇ ਸਾਰੇ ਪਿੰਡ ਦੀਆਂ ਨੂੰਹਾਂ ਵਿੱਚ ਸੋਹਣਿਆ ਦੇਖ ਤੇਰੀ ਜੱਟੀ ਵਾਰੇ ਲਈ ਸ਼ਿਕਾਰੇ ਸਾਰੇ ਪਿੰਡ ਦੀਆਂ ਨੂੰਹਾਂ ਵਿੱਚ ਸੋਹਣਿਆ ਦੇਖ ਤੇਰੇ ਵਾਲੀ ਵਾਰੇ ਲਈ ਸ਼ਿਕਾਰੇ ਸਾਰੇ ਪਿੰਡ ਦੀਆਂ ਨੂੰਹਾਂ ਵਿੱਚ ਸੋਹਣਿਆ ਦੇਖ ਤੇਰੀ ਜੱਟੀ ਵਾਰੇ ਲਈ ਸ਼ਿਕਾਰੇ ਸਾਰੀ ਦੁਨੀਆਂ ਨੇ ਦਿਲੋਂ ਕੱਢਿਆ ਸੀ ਮੈਂ ਨੀ ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ ਸਾਰੀ ਦੁਨੀਆਂ ਨੇ ਦਿਲੋਂ ਕੱਢਿਆ ਸੀ ਮੈਂ ਨੀ ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ ਸਿੰਗਲ ਸੀ ਮੈਂ ਤੂੰ ਵੀ ਇਕੱਲੀ ਮਿਲ ਗਈ ਸਿੰਗਲ ਸੀ ਮੈਂ ਤੂੰ ਵੀ ਇਕੱਲੀ ਮਿਲ ਗਈ ਚੱਲਾ ਜਿਆ ਮੈਂ ਤੂੰ ਵੀ ਇਕੱਲੀ ਮਿਲ ਗਈ ਚੱਲਾ ਜਿਆ ਮੈਂ ਥੱਲੋਂ ਕੱਢ ਦੂੰ ਜੇ ਆਇਆ ਕੋਈ ਸਾਡੇ ਵਿੱਚ ਕਾਰਨੀ ਜੇ ਆਇਆ ਕੋਈ ਸਾਡੇ ਵਿੱਚ ਕਾਰਨੀ ਫੈਮਿਲੀ ਦੀ ਕਰਕੇ ਤਸੱਲੀ ਮਿਲ ਗਈ ਫੈਮਿਲੀ ਦੀ ਕਰਕੇ ਤਸੱਲੀ ਮਿਲ ਗਈ ਚੱਲਾ ਜਿਆ ਮੈਂ ਤੂੰ ਵੀ ਚੱਲੀ 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 ਮਿਲ ਗਈ ਦੱਸ ਪੁੱਤ ਤੇਰਾ ਹੈ ਡਾਉਣ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮੋਹਨ ਕਾਸ ਤੋਂ ਜਿਹੜੇ ਦਰਵਾਜੇ ਵਿੱਚ ਬੋਲ ਕੇ ਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਛ ਇੱਥੇ ਜਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਛ ਕੰਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਹੈ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਹੈ ਨਾ ਇਹ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਇੱਥੇ ਕੰਟਰੋਲ ਠੀਕ ਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਬੇਟ ਮੈਨੂੰ ਭੰਗੜਾ ਪਾਉਣਾ ਬਹੁਤ ਵਧੀਆ ਲੱਗਦਾ ਸੀ ਪਰ ਮੈਨੂੰ ਕੋਈ ਵਧੀਆ ਪਲੇਟਫਾਰਮ ਨਹੀਂ ਮਿਲਦਾ ਸੀ ਪਰ ਮੈਨੂੰ ਕੇ ਕੇ ਸ਼੍ਰੀ ਨੇ ਇੱਕ ਵਧੀਆ ਪਲੇਟਫਾਰਮ ਪ੍ਰੋਵਾਈਡ ਕੀਤਾ ਜੇ ਤੁਸੀਂ ਵੀ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਨੰਬਰ ਨੋਟ ਕਰ ਲਓ 9041733733 ਬੈਸਟ ਆਫ ਲੱਕ